ਸਾਥਿਓ ਤੇ ਪਿਆਰੇ ਬੱਚਿਓ ਪਿਆਰਪਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਕੂਲ ਨਿਊਜ਼ ਤੇ ਤਾਂ ਹਾਂਜੀ ਵਿਦਿਆਪਕ ਸਾਥੀਓ ਕੱਲ ਆਪਾਂ ਨੂੰ ਪਤਾ ਹੈ ਵੀ ਜਿਹੜਾ 12 ਤਰੀਕ ਨੂੰ ਜਿਹੜਾ ਕੀ 8 ਨਵੰਬਰ ਨੂੰ ਹੋਣ ਵਾਲਾ ਐਗਜ਼ਾਮ ਹੁਣ ਕੱਲ 12 ਤਰੀਕ ਨੂੰ ਹੋਣ ਜਾ ਰਿਹਾ ਹੈ ਤੇ ਕੱਲ ਵਾਲਾ ਜੋ ਐਗਜ਼ਾਮ ਹੈ ਸੀਪੀ ਦਾ ਉਹ ਕੇਵਲ ਤੇ ਕੇਵਲ 3rd ਕਲਾਸ ਦਾ ਹੋਣ ਜਾ ਰਿਹਾ ਹੈ ਹੁਣ 4th ਤੇ 5th ਦਾ ਜਿਹੜਾ ਪ੍ਰਾਇਮਰੀ ਦੇ ਵਿੱਚ ਰੈਕਸੇਸ਼ਨ ਮਿਲੀ ਹੈ ਵੀ ਉਹਨਾਂ ਨੂੰ ਆਪਣਾ ਸਿਲੇਬਸ ਤੇ ਜਿਹੜਾ ਫੋਕਸ ਕਰਉਣਾ ਹੈ ਤੇ 3rd ਕਲਾਸ ਤੇ ਜਿਹੜਾ ਸੀਪੀ ਦਾ ਫੁੱਲ ਫੋਕਸ ਹੋਏਗਾ। ਉਸੇ ਤਰ੍ਹਾਂ ਜੇ ਆਪਾਂ ਸਕੈਂਡਰੀ ਦੀ ਗੱਲ ਕਰੀਏ ਤਾਂ 6th ਕਲਾਸ ਤੇ ਜਿਹੜਾ 9th ਕਲਾਸ ਦਾ ਪੇਪਰ ਹੋਣਾ ਹੈ। ਤਾਂ ਇਹ ਚੀਜ਼ ਮੈਂ ਤੁਹਾਨੂੰ ਮਾਰਨਿੰਗ ਸਲਾਈਡਵਾਰੀ ਵੀਡੀਓ ਦੇ ਵਿੱਚ ਵੀ ਜਾਣਕਾਰੀ ਦਿੱਤੀ ਸੀ ਤੇ ਹੁਣ ਆਪਾਂ 3rd ਕਲਾਸ ਦਾ ਇੱਕ ਸੈਂਪਲ ਪੇਪਰ ਸੈਂਪਲ ਪੇਪਰ ਦੇ ਤੌਰ ਤੇ ਆਪਾਂ ਕਰਾਂਗੇ ਵਰਕਸ਼ੀਟ ਜਿਹੜੀ ਪ੍ਰੈਕਟਿਸ ਸ਼ੀਟ ਨੰਬਰ 13 ਆਈ ਸੀ ਆਪਾਂ ਨੂੰ ਪਤਾ ਹੈ ਵੀ ਪੇਪਰ ਹਮੇਸ਼ਾ ਹੀ ਪ੍ਰੈਕਟਿਸ ਸ਼ੀਟ ਦੇ ਵਿੱਚੋਂ ਆਉਂਦਾ ਹੈ। ਮੈਂ ਤੁਹਾਨੂੰ ਪਹਿਲੇ ਹੀ ਇਸ ਚੀਜ਼ ਬਾਰੇ ਦੱਸਿਆ ਹੋਇਆ ਹੈ ਵੀ ਜਿਹੜੀਆਂ ਲਾਸਟ ਦੋ ਵਰਕਸ਼ੀਟ ਹਨ 12 ਨੰਬਰ ਤੇ 13 ਨੰਬਰ ਵਰਕਸ਼ੀਟ ਦੇ ਵਿੱਚੋਂ ਹੀ ਸਾਰਾ ਪੇਪਰ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਆਪਾਂ ਹੁਣ ਇਸ ਤਰ੍ਹਾਂ ਤੇ ਇੱਕ ਸੈਂਪਲ ਪੇਪਰ ਦੇ ਤੌਰ ਤੇ ਪੂਰਾ ਦਾ ਪੂਰਾ 45 ਨੰਬਰ ਦਾ ਪੇਪਰ ਆਪਾਂ ਕਰਾਂਗੇ ਤੇ ਉਹਦੇ ਵਿੱਚੋਂ ਕਾਫੀ ਪੇਪਰ ਜਿਹੜਾ ਤੁਹਾਨੂੰ ਕੱਲ ਵਾਲੇ ਪੇਪਰ ਦੇ ਵਿੱਚ ਦੇਖਣ ਨੂੰ ਮਿਲੇਗਾ ਜੇ ਸੇਮ ਕੁਸਚਨ ਨਾ ਵੀ ਹੋਏ ਤਾਂ ਉਹੀ ਤਰੀਕਾ ਹੋਏਗਾ ਉਹਨਾਂ ਕੁਸਚਨਾਂ ਨੂੰ ਕਰਨ ਦਾ ਤੇ ਹੁਣ ਆਪਾਂ ਚੱਲਦੇ ਹਾਂ ਜਿਹੜਾ ਪੇਪਰ ਤੇ ਸੈਂਪਲ ਪੇਪਰ ਦੇ ਤੌਰ ਤੇ ਆਪਾਂ ਕਰਾਣੀ ਹੈ ਅਭਿਆਸ ਸ਼ੀਟ ਨੰਬਰ 13 ਕਾਫੀ ਜਿਹੜੇ ਹੈਗੇ ਐ ਜਿਹੜੇ ਬੱਚਿਆਂ ਨੇ ਇਹ ਚੀਜ਼ ਕਰ ਲਈ ਹੋਏਗੀ ਪਰ ਇੱਕ ਰਿਵੀਜ਼ਨ ਦੇ ਤੌਰ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਕਿਉਂਕਿ ਕੱਲ ਆਪਾਂ ਪੇਪਰ ਦੇਣਾ ਹੈ ਤਾਂ ਪੇਪਰ ਤੋਂ ਪਹਿਲਾਂ ਇੱਕ ਵਾਰ ਰਿਵੀਜ਼ਨ ਜ਼ਰੂਰ ਕਰ ਲੈਂ ਜੇ ਇਹ ਵੀਡੀਓ ਤੁਹਾਡੀ ਕਰਵਾਏਗੀ ਰਿਵੀਜ਼ਨ ਤੇ ਤੁਹਾਨੂੰ ਸਾਰੇ ਜਿਹੜੇ ਆਨਸਰ ਇਹਦੇ ਵਿੱਚ ਦੇਖਣ ਨੂੰ ਮਿਲਣਗੇ ਪਹਿਲੇ ਤੁਸੀਂ ਪੜ ਲੈਣਾ ਪੈਰਾ ਪੈਰੇ ਵਿੱਚ ਦੇਖੋ ਹੁੰਦਾ ਗਰਮੀ ਭਾਰਤ ਵਿੱਚ ਚਾਰ ਪ੍ਰਮੁੱਖ ਮੌਸਮਾਂ ਵਿੱਚੋਂ ਇੱਕ ਹੈ ਇਹ ਆਮ ਤੌਰ ਤੇ ਮਾਰਚ ਵਿੱਚ ਸ਼ੁਰੂ ਹੁੰਦਾ ਹੈ ਤੇ ਜੁਲਾਈ ਵਿੱਚ ਖਤਮ ਹੁੰਦਾ ਹੈ ਗਰਮੀਆਂ ਦੌਰਾਨ ਬਹੁਤ ਹੀ ਜ਼ਿਆਦਾ ਗਰਮੀ ਹੋ ਜਾਂਦੀ ਹੈ। ਅੱਗੇ ਕੀ ਹੈ ਗਰਮੀਆਂ ਦੌਰਾਨ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਅਕਸਰ ਇਸ਼ਨਾਨ ਕਰੋ, ਸੂਤੀ ਕੱਪੜੇ ਪਾਓ, ਹਲਕੇ ਰੰਗ ਦੇ ਕੱਪੜੇ ਪਾਓ। ਜਦੋਂ ਬਹੁਤ ਗਰਮੀ ਹੋਵੇ ਤਾਂ ਘਰ ਦੇ ਅੰਦਰ ਰਹੋ, ਜ਼ਿਆਦਾ ਪਾਣੀ ਪੀਓ, ਤਾਜ਼ੇ ਫਲਾਂ ਤੇ ਸਬਜ਼ੀਆਂ ਦਾ ਆਨੰਦ ਲਓ। ਜੇਕਰ ਕੰਮ ਕਰਦੇ ਬਹੁਤ ਗਰਮੀ ਲੱਗੇ ਤਾਂ ਰੁਕੋ ਅਤੇ ਆਰਾਮ ਕਰੋ ਤੇ ਗਰਮੀ ਦਾ ਆਨੰਦ ਮਾਣੋ। ਹੁਣ ਪਹਿਲਾ ਕੁਐਸਚਨ ਇਹਦੇ ਵਿੱਚ ਕੀ ਹੈ? ਭਾਰਤ ਵਿੱਚ ਮੁੱਖ ਕਿੰਨੇ ਮੌਸਮ ਹੁੰਦੇ ਹਨ? ਤਾਂ ਕਿੰਨੇ ਮੌਸਮ ਨੇ? 4 ਕਿਉਂਕਿ ਉੱਪਰ ਆਪਾਂ ਨੂੰ ਦੱਸਿਆ ਹੋਇਆ ਹੈ। ਦੂਸਰਾ ਇਸ਼ਤਿਹਾਰ ਦੇ ਅਨੁਸਾਰ ਸਾਲ ਦਾ ਕਿਹੜਾ ਸਮਾਂ ਆਮ ਤੌਰ ਤੇ ਗਰਮੀਆਂ ਹੁੰਦਾ ਹੈ ਤੇ ਮਾਰਚ ਤੋਂ ਲੈ ਕੇ ਜੁਲਾਈ ਦਾ ਸਮਾਂ ਜਿਹੜਾ ਗਰਮੀਆਂ ਦਾ ਹੁੰਦਾ ਹੈ ਇਸੇ ਤਰ੍ਹਾਂ ਆਪਾਂ ਕਰਾਂਗੇ ਤੀਸਰਾ ਕੁਐਸਚਨ ਗਰਮੀਆਂ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਗਰਮੀਆਂ 'ਚ ਕੀ ਬਾਹਰ ਤੋਂ ਪਜ ਖੇਡੋਗੇ ਨਹੀਂ ਦੂਸਰਾ ਜ਼ਿਆਦਾ ਪਾਣੀ ਪੀਓਗੇ ਇਹ ਸਹੀ ਆਏਗਾ ਸੇਤਮਤ ਭੋਜਨ ਤੋਂ ਪਰਹੇਜ਼ ਕਰੋਗੇ ਨਹੀਂ ਨਹਾਉਣ ਤੋਂ ਪਰਹੇਜ਼ ਕਰੋਗੇ ਨਹੀਂ ਤਾਂ ਆਪਸ਼ਨ ਨੰਬਰ 2 ਜਿਹੜਾ ਆਪਣਾ ਬਿਲਕੁਲ ਸਹੀ ਆ ਗਿਆ ਅੱਗੇ ਆਪਾਂ ਕਰਾਂਗੇ 4 ਨੰਬਰ 4 ਨੰਬਰ 'ਚ ਦੇਖੋ ਹੇਠ ਲਿਖਿਆਂ ਵਿੱਚੋਂ ਗਰਮੀਆਂ ਦੌਰਾਨ ਕਿਹੜਾ ਬੱਚਾ ਸਹੀ ਨਹੀਂ ਕਰ ਰਿਹਾ ਆ ਜਿਹੜਾ ਸਹੀ ਨਹੀਂ ਜਾਂ ਗਲਤ ਨਹੀਂ ਇਹ ਬੱਚੇ ਕੁਸ਼ਨ ਬਹੁਤ ਗਲਤ ਕਰਦੇ ਆ ਕਿਉਂਕਿ ਕੁਸ਼ਨ ਆਉਣ ਦੇ ਬਾਅਦ ਵੀ ਬੱਚੇ ਇਹਨਾਂ ਤੇ ਗਲਤੀਆਂ ਕਰਦੇ ਆ ਕਿਉਂਕਿ ਬਾਅਦ ਚ ਜਿਹੜਾ ਵੀਕ ਕੰਪੀਟੈਂਸੀ ਆਉਂਦੀ ਆ ਇਦਾਂ ਦੇ ਕੁਸ਼ਨ ਕਾਫੀ ਨਿਕਲ ਕੇ ਆਉਂਦੇ ਆ ਤਾਂ ਇਹਨਾਂ ਚੀਜ਼ਾਂ ਤੇ ਜਿਹੜਾ ਬੱਚਿਆਂ ਨੂੰ ਜ਼ਰੂਰ ਜੋੜ ਦਿੱਤਾ ਜਾਵੇ ਤੇ ਬੱਚੇ ਵੀ ਇਹਨਾਂ ਤੇ ਧਿਆਨ ਦੇਣ ਪਹਿਲੀ ਆਪਸ਼ਨ ਕੀ ਹੈ ਅ ਅਮਨ ਸੇਤਮੰਦ ਭੋਜਨ ਖਾਂਦਾ ਹੈ ਤਾਂ ਇਹ ਸਹੀ ਹੈ ਉਸ ਤੋਂ ਬਾਅਦ ਜ਼ਿਆਦਾ ਗਰਮੀ ਵੇਲੇ ਅਨੂਪ ਘਰ ਹੀ ਰਹਿੰਦਾ ਹੈ ਇਹ ਵੀ ਸਹੀ ਹੈ ਹਰਮਨਪ੍ਰੀਤ ਉਹਨ ਦੇ ਕੱਪੜੇ ਪੌਂਦਾ ਹੈ ਤਾਂ ਉਹਨਦੇ ਕੱਪੜੇ ਆਪਾਂ ਸਰਦੀ ਚ ਪਾਉਣੇ ਨਾ ਕਿ ਗਰਮੀ ਚ ਉਹ ਸਭ ਵਿਵੇਕ ਜ਼ਿਆਦਾ ਪਾਣੀ ਪੀਂਦਾ ਹੈ ਤੇ ਇਹ ਬਿਲਕੁਲ ਤਿੰਨੋ ਸਹੀ ਨਹੀਂ ਤੇ ਸਹੀ ਨਹੀਂ ਕਿਹੜਾ ਹੈ ਉਹ ਤਿੰਨ ਨੰਬਰ ਤੇ ਆਪਸ਼ਨ ਨੰਬਰ ਆਪਣਾ ਅਨਸਰ ਆ ਜਾਏਗਾ ਤਿੰਨ ਅੱਗੇ ਕਰਾਂਗੇ ਆਪਾਂ 5 ਨੰਬਰ ਇਹਦੇ ਵਿੱਚ ਦੇਖੋ ਜਦੋਂ ਬਹੁਤ ਗਰਮੀ ਹੁੰਦੀ ਹੈ ਤਾਂ ਕੱਪੜਿਆਂ ਲਈ ਸਭ ਤੋਂ ਵਧੀਆ ਰੰਗ ਕਿਹੜਾ ਹੁੰਦਾ ਹੈ ਤਾਂ ਸਭ ਤੋਂ ਵਧੀਆ ਰੰਗ ਹੁੰਦਾ ਹੈ ਸਫੇਦ ਅੱਗੇ ਸਟਾਰ ਨੰਬਰ 2 ਆ ਗਿਆ ਜਿੰਦੇ ਵਿੱਚ ਕੁਐਸਚਨ ਨੰਬਰ ਹੋਣਗੇ 6 ਤੋਂ ਲੈ ਕੇ 10 ਤੱਕ ਇਹਦੇ ਵਿੱਚ ਆਪਾਂ ਪੜਾਂਗੇ ਪਹਿਲੇ ਪੈਰੇ ਨੂੰ ਉਹਦਾ ਸ਼੍ਰੀ ਪ੍ਰਕਾਸ਼ ਸਰੀਰਿਕ ਸਿੱਖਿਆ ਦੇ ਅਧਿਆਪਕ ਨੇ ਫੁੱਟਬਾਲ ਨੂੰ ਸੁਰੱਖਿਅਤ ਢੰਗ ਨਾਲ ਖੇਡਣ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਆਪਣੇ ਦੋਸਤਾਂ ਨੂੰ ਵੀ ਨਾਲ ਖੜਾਓ ਅਤੇ ਆਪਣੇ ਫੁੱਟਬਾਲ ਉਹਨਾਂ ਨੂੰ ਵੀ ਦਿਓ ਕਿਸੇ ਨਾਲ ਧੱਕਾ ਨਾ ਕਰੋ ਥਕਾਵਟ ਮਹਿਸੂਸ ਹੋਵੇ ਤਾਂ ਪਾਣੀ ਪੀਓ ਥੋੜਾ ਆਰਾਮ ਕਰੋ ਖੇਡ ਦੇ ਮੈਦਾਨ ਵਿੱਚ ਰੋ ਘੰਟੀ ਸੁਣਦੇ ਹੀ ਜਮਾਤ ਵਿੱਚ ਵਾਪਸ ਜਾਓ ਜੇਕਰ ਤੁਸੀਂ ਕਿਸੇ ਨੂੰ ਜ਼ਖਮੀ ਦੇਖਦੇ ਹੋ ਤਾਂ ਤੁਰੰਤ ਅਧਿਆਪਕ ਨੂੰ ਦੱਸੋ ਯਾਦ ਰੱਖੋ ਖੇਡਣਾ ਤਾਂ ਹੀ ਮਜ਼ੇਦਾਰ ਹੁੰਦਾ ਹੈ ਜਦੋਂ ਕੋਈ ਨਿਯਮਾਂ ਦੀ ਪਾਲਣਾ ਕਰਦਾ ਹੈ ਤੇ ਸੁਰੱਖਿਅਤ ਰਹਿੰਦਾ ਹੈ ਪੈਰਾ ਪੜ ਲਿਆ ਹੁਣ ਆਪਾਂ ਕਰਾਂਗੇ ਕੁਐਸਚਨ ਸ਼੍ਰੀ ਪ੍ਰਕਾਸ਼ ਕੌਣ ਹਨ ਤਾਂ ਸ਼੍ਰੀ ਪ੍ਰਕਾਸ਼ ਇੱਕ ਖਿਡਾਰੀ ਨੇ ਯੋਗ ਦੇ ਅਧਿਆਪਕ ਨੇ ਸ੍ਰੀ ਸਿੱਖਿਆ ਦੇ ਅਧਿਆਪਕ ਨੇ ਜਾਂ ਸਿੱਧੇ ਇਤਿਹਾਸ ਦੇ ਅਧਿਆਪਕ ਨੇ ਤੋ ਉਹ ਕਹਿੰਦੇ ਸ੍ਰੀ ਸਿੱਖਿਆ ਦੇ ਅਧਿਆਪਕ ਨੇ ਦੂਸਰਾ ਗਿਆ ਹਦਾਇਤਾਂ ਕਿਸ ਬਾਰੇ ਹਨ ਤਾਂ ਹਦਾਇਤਾਂ ਗਿਆ ਸੁਰੱਖਿਅਤ ਖੇਡਣ ਬਾਰੇ ਦੋਸਤੋ ਗਿਆ 8 ਨੰਬਰ ਕਿਹੜੀ ਹਦਾਇਤ ਨਹੀਂ ਦਿੱਤੀ ਗਈ ਹੈ ਤਾਂ ਦੋ ਨੰਬਰ ਜਿਹੜਾ ਮੋੜੋ ਅਤੇ ਗੇਂਦ ਨੂੰ ਦੂਜੇ ਦੂਜੇ ਨੂੰ ਦਿਓ ਇਹੋ ਜੀ ਕੋਈ ਦਾਇਤਾ ਅਜੇ ਤੱਕ ਪੈਰੇ ਦੇ ਵਿੱਚ ਨਹੀਂ ਦਿੱਤੀ ਗਈ ਹੈ ਬਾਕੀ ਫੁੱਟਬਾਲ ਆਪਣੇ ਦੋਸਤ ਨੂੰ ਜੋ ਘੰਟੀ ਸੁਣ ਕੇ ਜਮਾਤ ਜਾਓ ਨਿਯਮਾਂ ਦੀ ਪਾਲਣਾ ਕਰੋ ਇਹ ਅਦਾਇਤਾ ਦਿੱਤੀਆਂ ਗਈਆਂ ਨੇ 9 ਨੰਬਰ ਦੇ ਵਿੱਚ ਤੁਸੀਂ ਦੇਖੋਗੇ ਵਿਦਿਆਰਥੀ ਨੂੰ ਅ ਅਧਿਆਪਕ ਨੂੰ ਕਦੋਂ ਦੱਸਣ ਲਈ ਕਿਹਾ ਗਿਆ ਤਾਂ ਵਿਦਿਆਰਥੀ ਨੂੰ ਜਦੋਂ ਜੇਕਰ ਉਹ ਕਿਸੇ ਨੂੰ ਜ਼ਖਮੀ ਦੇਖਦੇ ਨੇ ਤਾਂ ਫਿਰ ਉਹ ਅਧਿਆਪਕ ਨੂੰ ਦੱਸਣ ਖੇਡਨਾ ਕਦੋਂ ਮਜ਼ੇਦਾਰ ਹੋਵੇਗਾ ਜੇਕਰ ਜੇ ਹਰ ਕੋਈ ਇੱਕ ਦੂਜੇ ਨੂੰ ਤੱਕਦਾ ਹੈ ਜੇ ਹਰ ਕੋਈ ਜ਼ਖਮੀ ਹੈ ਜੇਕਰ ਹਰ ਕੋਈ ਗੇਂਦ ਨਾਲ ਖੇਡਦਾ ਹੈ ਜੇ ਹਰ ਕੋਈ ਨਿਯਮਾਂ ਦੀ ਪਾਲਣਾ ਕਰਦਾ ਹੈ ਖੇਡਣਾ ਮਜ਼ੇਦਾਰ ਹੁੰਦਾ ਹੀ ਹੈ ਜਦੋਂ ਕੋਈ ਹਰ ਕੋਈ ਨਿਯਮਾਂ ਦੀ ਪਾਲਣਾ ਕਰਦਾ ਹੈ ਤੇ ਸੁਰੱਖਿਅਤ ਖੇਡਦਾ ਹੈ ਅੱਗੇ ਆ ਗਿਆ ਚਾਰ ਨੰਬਰ ਤਿੰਨ ਨੰਬਰ ਪੈਰਾ ਇਹਦੇ ਵਿੱਚ ਤੁਸੀਂ ਪੈਰਾ ਪੜੋਗੇ ਤਾਂ ਇੱਕ ਵਾਰ ਦੀ ਗੱਲ ਹੈ ਜੰਗਲ ਵਿੱਚ ਬਹੁਤ ਮੀਂਹ ਪੈ ਰਿਹਾ ਸੀ ਮੀਂਹ ਵਿੱਚ ਸਾਰੇ ਪੰਛੀ ਅਤੇ ਜਾਨਵਰ ਆਪਣੇ ਆਲਣਾਂ ਅਤੇ ਗੁਫਾਵਾਂ ਵਿੱਚ ਲੁੱਕ ਕੇ ਬੈਠੇ ਸਨ ਪਰ ਕਾਂ ਕੋਲ ਕੋਈ ਨਾ ਕੋਈ ਕਾਰਨਾ ਹੋਣ ਕਰਕੇ ਉਹ ਇਧਰ ਉਧਰ ਰਹਿਣ ਦਾ ਆਸਰਾ ਲੱਭ ਰਿਹਾ ਸੀ ਉਹ ਚਿੜੀ ਕੋਲ ਗਿਆ ਚਿੜੀ ਨੇ ਕਿਹਾ ਕਿ ਸਾਡੇ ਕੋਲ ਥਾਂ ਨਹੀਂ ਹੈ ਅਤੇ ਸਾਡੇ ਕੋਲ ਦਾਣੇ ਘੱਟ ਹਨ ਤੂੰ ਸਾਰੇ ਦਾਣੇ ਖਾ ਜਾਵੇਂਗਾ ਫਿਰ ਉਸ ਨੂੰ ਸ਼ੇਰ ਦੀ ਗੁਫਾ ਦਿਖਾਈ ਦਿੱਤੀ ਉਹ ਸ਼ੇਰ ਕੋਲ ਗਿਆ ਸ਼ੇਰ ਨੇ ਕਿਹਾ ਤੇਰੀ ਕਾਂ ਕਾਂ ਤੂੰ ਅਸੀਂ ਪਹਿਲਾਂ ਹੀ ਬਹੁਤ ਪਰੇਸ਼ਾਨ ਰਹਿੰਦੇ ਹਾਂ ਤੂੰ ਇੱਥੋਂ ਜਾ ਫਿਰ ਉਹ ਚਲਾਕ ਲੂੰਬੜੀ ਕੋਲ ਗਿਆ ਲੂੰਬੜੀ ਨੇ ਕਿਹਾ ਤੂੰ ਪਹਿਲਾਂ ਮੈਨੂੰ ਕੁਝ ਵਸਤਾਂ ਤੋਹਫੇ ਦੇ ਰੂਪ ਵਿੱਚ ਦੇ ਫਿਰ ਮੈਂ ਰਹਿਣ ਦੀ ਥਾਂ ਦੇਵਾਂਗੀ ਅੰਤੋ ਥੱਕ ਹਾਰ ਕੇ ਬਹਿ ਜਾਂਦਾ ਹੈ ਤੇ ਉਸ ਨੂੰ ਪੋਲਾ ਪਾਲਾ ਪਾਲੂ ਮਿਲਦਾ ਹੈ ਉਸ ਨੂੰ ਆਪਣੀ ਗੁਫਾ ਵਿੱਚ ਰਹਿਣ ਲਈ ਕਹਿੰਦਾ ਹੈ ਕਾ ਬਹੁਤ ਖੁਸ਼ ਹੋ ਜਾਂਦਾ ਹੈ ਪੈਰਾ ਪੜ ਲਿਆ ਹੁਣ ਆਪਾਂ ਕਰਾਂਗੇ ਕੁਐਸਚਨ ਮੀ ਕਿੱਥੇ ਪੈ ਰਿਆ ਸੀ ਤਾਂ ਮੈਂ ਕਿੱਥੇ ਪੈ ਰਿਆ ਸੀ ਜੰਗਲ ਵਿੱਚ ਦੂਸਰਾ ਕੀ ਹੈ ਕੌਣ ਮੀ ਤੋਂ ਬਚਣ ਲਈ ਆਸਰਾ ਲੱਭ ਰਿਹਾ ਸੀ ਕਾਂ ਜਿਹੜਾ ਆਸਰਾ ਲੱਭ ਰਿਹਾ ਸੀ ਇਹਦੇ ਵਿੱਚ ਆ ਗਿਆ ਗਲਤ ਕਥਨ ਆਪਾਂ ਚੁਣਨਾ ਹੈ ਮੀ ਪੈਨ ਕਰਕੇ ਕਾਂ ਆਸਰਾ ਲੱਭ ਰਿਹਾ ਸੀ ਇਹ ਤਾਂ ਸਹੀ ਹੈ ਚਿੜੀ ਨੂੰ ਚਿੰਤਾ ਸੀ ਕਿ ਉਸ ਦੇ ਦਾਣੇ ਖਾ ਜਾਵੇਗਾ ਕਾਂ ਉਸ ਦੇ ਦਾਣੇ ਖਾ ਇਹ ਵੀ ਸਹੀ ਹੈ ਸ਼ੇਰ ਕਾਂ ਕਾਂ ਤੋਂ ਪਰੇਸ਼ਾਨ ਸੀ ਇਹ ਵੀ ਸਹੀ ਹੈ ਭਾਲੂ ਨੇ ਉਸ ਕੋਲ ਤੋਹਫੇ ਮੰਗੇ ਨਹੀਂ ਭਾਲੂ ਨੇ ਨਹੀਂ ਉਸ ਕੋਲ ਤੋਹਫੇ ਮੰਗੇ ਸੀ ਲੂੰਬੜੀ ਨੇ ਤੇ ਇਹਦਾ ਮਤਲਬ 4 ਨੰਬਰ ਗਲਤ ਹੈ ਉਹਦਾ ਅਖੀਰ ਕਾਂ ਨੂੰ ਰਹਿਣ ਲਈ ਥਾਂ ਕਿਸ ਨੇ ਦਿੱਤੀ ਤਾਂ ਉਸੇ ਥਾਂ ਦਿੱਤੀ ਸੀ ਭਾਲੂ ਨੇ ਫਿਰ ਕੀ ਲੂੰਬੜੀ ਨੇ ਮਨ੍ਹਾ ਕਰਨ ਤੇ ਕਾਂ ਨੇ ਕੀ ਮਹਿਸੂਸ ਕੀਤਾ ਨਿਰਾਸ਼ਾ ਉਦਾਸੀ ਪਰੇਸ਼ਾਨੀ ਤਾਂ ਤਿੰਨੇ ਚੀਜ਼ਾਂ ਉਸਨੇ ਮਹਿਸੂਸ ਕੀਤੀਆਂ ਆਪਸ਼ਨ A ਸਾਰੇ ਇਹਦੇ ਵਿੱਚ ਵੀ ਬੱਚੇ ਗਲਤੀ ਕਰਦੇ ਨੇ ਉਹ ਪਹਿਲੀ ਆਪਸ਼ਨ ਦੇਖ ਕੇ ਹੀ ਟਿਕ ਲਾ ਦਿੰਦੇ ਨੇ ਤੇ ਲਾਸਟ ਤੱਕ ਜਾਂਦੇ ਨਹੀਂ ਇਸ ਕਰਕੇ ਇਹ ਸਾਰੇ ਵਾਲੇ ਆਪਸ਼ਨਾਂ ਜਰੂਰ ਸਾਰੀਆਂ ਪੜੋ ਤੇ ਲਾਸਟ ਇਹ ਸਾਰੇ ਜਿਹੜਾ ਆਪਸ਼ਨ ਸਹੀ ਆ ਦੇਣਾ ਅੱਗੇ ਅੱਗੇ ਮੈਥ ਦੇ ਕੁਸਚਨ ਪਹਿਲਾ 16 ਨੰਬਰ ਮੈਥ ਦਾ ਕੁਸਚਨ ਆ ਗਿਆ ਹੁੰਦਾ 8 ਦਾ ਸਥਾਨਕ ਮੁੱਲ 80 ਹੈ ਕਿੰਨੇ ਬਦਲਾਂ ਵਿੱਚ ਤੇ ਇਹਦੇ ਵਿੱਚ ਪਹਿਲੇ ਵਿੱਚ ਹੈਗਾ ਉਸ ਤੋਂ ਬਾਅਦ 82 ਵੀ ਆ ਗਿਆ 3 ਇਹਦੇ ਵਿੱਚ ਵੀ 4 ਕਿੰਨੇ ਹੋਗੇ 1 2 3 4 5 6 ਤਾਂ 6 ਅੱਖਰੋ ਜੇ ਬਦਲ ਨਹੀਂ ਜਿੰਨਾ ਵਿੱਚ ਅਸੀਂ ਜਿਵੇਂ ਹਾਂ ਦੇਖੋ 780 ਹੈ ਤੇ ਆਪਾਂ ਸਥਾਨਕ ਮੁੱਲ ਕਿੱਦਾਂ ਕਰਦੇ ਹਾਂ ਜਿੱਥੇ ਸੰਖਿਆ ਦੀ ਉਸ ਦੇ ਪਿੱਛੇ ਜਿੰਨੇ ਅੱਖਰ ਹੁੰਦੇ ਆ ਪਿੱਛੇ ਕਿੰਨੇ ਅੱਖਰ ਹੈ 1 ਤੱਕ 0 ਲਾਤੇ ਸਥਾਨਕ ਮੁੱਲ 80 ਬਣ ਗਿਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਖਿਆਵਾਂ ਇਹਦੇ ਵਿੱਚ ਆਈਆਂ ਨੇ 6 অপਸ਼ਨ ਨੰਬਰ 3 ਰਾਈਟ ਆਨਸਰ ਉਸ ਤੋਂ ਬਾਅਦ ਇਹ ਕੁਐਸਚਨ ਦੁਬਾਰਾ ਫਿਰ ਵਰਕਸ਼ੀਟ ਦੇ ਵਿੱਚ ਪਾਇਆ ਗਿਆ ਪਿਛਲੇ ਪੇਪਰ ਦੇ ਵਿੱਚ ਆਇਆ ਸੀਗਾ ਜੋ ਪੀਟੀ 5 ਹੋਇਆ ਸੀ ਉਹਦੇ ਵਿੱਚ ਇਹ ਕੁਐਸਚਨ ਦੇਖਣ ਨੂੰ ਮਿਲਿਆ ਸੀ ਤੇ ਇਹ ਕੁਐਸਚਨ ਕਾਫੀ ਬੱਚਿਆਂ ਦਾ ਗਲਤ ਵੀ ਰਿਹਾ ਹੈ ਕਿਉਂਕਿ ਨੇੜੇ-ਨੇੜੇ ਅੰਕ ਹੋਣ ਕਰਕੇ ਵਾਧੇ ਕਰਮ ਨੂੰ ਜਿਹੜਾ ਬੱਚੇ ਪੂਰੇ ਤਰੀਕੇ ਦੇ ਨਾਲ ਨਹੀਂ ਸਮਝ ਰਹੇ ਤਾਂ ਇਹਨਾਂ ਵਿੱਚ ਜਿਹੜਾ ਆਨਸਰ ਆ ਜਾਂਦਾ ਆਪਸ਼ਨ ਨੰਬਰ 3 ਵਾਧਾ ਕਰਮ ਕੀ ਹੁੰਦਾ ਸਭ ਤੋਂ ਪਹਿਲੇ ਛੋਟੀ ਸੰਖਿਆ ਛੋਟੀ ਸੰਖਿਆ ਸੀ 235 ਫਿਰ ਉਸ ਤੋਂ ਵੱਡੀ ਸੰਖਿਆ ਆ ਜਾਂਦੀ ਹੈ 253 ਫਿਰ ਉਸ ਤੋਂ ਵੱਡੀ ਆ ਜਾਂਦੀ ਹੈ 325 ਫਿਰ ਉਸ ਤੋਂ ਵੱਡੀ ਆ ਜਾਂਦੀ ਹੈ 352 ਫਿਰ ਉਸ ਤੋਂ ਵੱਡੀ ਆ ਜਾਂਦੀ ਹੈ 523 ਫਿਰ ਆ ਜਾਂਦੀ ਹੈ 532 ਤਾਂ ਇਹ ਇਹਨਾਂ ਦਾ ਸੀਰੀਅਲ ਬਣਦਾ ਹੈ ਜੋ ਕਿ ਆਪਸ਼ਨ ਨੰਬਰ 3 ਦੇ ਵਿੱਚ ਹੈਗਾ ਉਸ ਤੋਂ ਬਾਅਦ ਅੱਗੇ ਆ ਜਾਂਦਾ 18 ਨੰਬਰ ਪ੍ਰਬਲਿਨ ਕੋਲ 810 ਟੌਫੀਆਂ ਸੀ ਉਸਨੇ 455 ਟੌਫੀਆਂ ਆਪਣੀ ਜਮਾਤ ਦੇ ਬੱਚਿਆਂ ਨੂੰ ਵੰਡ ਦਿੱਤੀਆਂ ਉਸਦੇ ਪਿਤਾ ਜੀ ਨੇ ਉਸ ਨੂੰ 347 ਟੌਫੀਆਂ ਹੋਰ ਦਿੱਤੀਆਂ ਹੁਣ ਪ੍ਰਬਲਿਨ ਕੋਲ ਕਿੰਨੀਆਂ ਟੌਫੀਆਂ ਹਨ ਤਾਂ ਪ੍ਰਬਲਿਨ ਜਿਹੜੀਆਂ 810 ਟੌਫੀਆਂ ਉਹਦੇ ਚੋਂ 455 ਜਿਹੜਾ ਪਹਿਲਾਂ ਤੁਸੀਂ ਘਟਾਉਣਾ ਹੈ ਤੇ ਉਸ ਕੋਲ ਕਿੰਨੇ ਬਚ ਜਾਂਦੇ ਨੇ 5 ਤੇ ਇੱਥੇ ਆ ਜਾਂਦੇ ਆ ਫਿਰ 5 ਤੇ 355 355 ਟੌਫੀਆਂ ਇਹ ਹੁੰਦੀਆਂ ਉਹਦੇ ਕੋਲੇ ਉਹ ਬਚ ਗਈਆਂ ਤੇ ਫਿਰ 347 ਟੌਫੀਆਂ ਉਸ ਨੂੰ ਹੋਰ ਮਿਲ ਜਾਂਦੀਆਂ ਤੇ ਜਦੋਂ ਇਹਨਾਂ ਦਾ ਜੋੜ ਤੁਸੀਂ ਕਰਕੇ ਆਉਂਦੇ ਹੋ ਤਾਂ ਸੰਖਿਆ ਬਣ ਜਾਂਦੀ ਹੈ 702 ਤਾਂ ਉਸ ਕੋਲ ਕਿੰਨੀ ਟੋਫੀ ਹੋ ਗਈਆਂ 702 ਇਸ ਤਰ੍ਹਾਂ ਇੱਕ ਕਿਆਰੀ ਵਿੱਚ ਫੁੱਲਾਂ ਦੇ ਪੌਦੇ ਫੁੱਲਾਂ ਦੇ 32 ਪੌਦੇ ਲੱਗੇ ਹਨ ਇਸ ਤਰ੍ਹਾਂ ਤਿੰਨ ਕਿਆਰੀਆਂ ਦੇ ਕਿੰਨੇ ਫੁੱਲਾਂ ਦੇ ਪੌਦੇ ਹਨ ਤਾਂ 32 ਇੱਕ ਕਿਆਰੀ 'ਚ ਨੇ ਤੇ ਤਿੰਨ ਕਿਆਰੀਆਂ ਆਪਾਂ ਤਿੰਨ ਨਾਲ ਕਰਦੇ ਆਂਗੇ ਗੁਣਾ ਤੇ ਇਹ ਆ ਜਾਏਗਾ 3 2 6 ਤੇ 3 3 9 ਤਾਂ ਕਿੰਨੇ ਫੁੱਲ ਹੋ ਗਏ 96 96 অপਸ਼ਨ ਨੰਬਰ 2 ਗੈ ਆ ਜਾਏਗਾ ਅਗਲਾ ਕੁਐਸਚਨ 2 ਨੰਬਰ ਉਹਦਾ ਗੁਰਪ੍ਰੀਤ ਕੋਲ 47 ਰਬੜ ਬੈਂਡ ਹਨ ਉਸਨੇ 5 ਸਹੇਲੀਆਂ ਵਿੱਚ ਬਰਾਬਰ ਬਰਾਬਰ ਰਬੜ ਬੈਂਡ ਵੰਡੇ ਰਬੜ ਬੈਂਡ ਬਰਾਬਰ ਬਰਾਬਰ ਵੰਡਣ ਤੋਂ ਬਾਅਦ ਉਸ ਕੋਲ ਕਿੰਨੇ ਰਬੜ ਬਚੇ ਹੁਣ 47 ਹੈ ਜਦੋਂ ਇਹਨੂੰ 5 ਨਾਲ ਆਪਾਂ ਭਾਗ ਕਰਾਂਗੇ ਤਾਂ 9 5 45 9 9 ਵੰਡੇਗੇ ਤੇ ਲਾਸਟ ਤੇ ਬਚ ਜਾਂਦੇ ਐ 2 ਤਾਂ ਉਸ ਕੋਲ ਕਿੰਨੇ ਰਬੜ ਬੈਂਡ ਬਚ ਗਏ 2 অপਸ਼ਨ ਨੰਬਰ 1 ਬਿਲਕੁਲ ਸਹੀ ਹੈ ਉਸੋਗਲੇ 23 ਨੰਬਰ ਕੁਸ਼ਨ ਆਪਾਂ ਦੇਖਾਂਗੇ ਅੱਜ ਨਵੰਬਰ ਮਹੀਨੇ ਦਾ ਪਹਿਲਾ ਬੁੱਧਵਾਰ ਹੈ ਦੱਸੋ ਅੱਜ ਤੋਂ ਬਾਅਦ ਅਗਲੇ ਮਹੀਨੇ ਦੇ ਪਹਿਲੇ ਬੁੱਧਵਾਰ ਤੱਕ ਸਕੂਲ ਕਿੰਨੇ ਦਿਨ ਲੱਗੇਗਾ ਤਾਂ ਐਤਵਾਰ ਤੋਂ ਇਲਾਵਾ ਛੁੱਟੀਆਂ ਵਾਲੇ ਦਿਨ ਨੂੰ ਚੱਕਰ ਨਾਲ ਦਰਸਾਇਆ ਗਿਆ ਹੈ ਤੇ ਇਹਦੇ ਵਿੱਚ ਤੁਸੀਂ ਦੇਖੋ ਨਵੰਬਰ ਦਾ ਪਹਿਲਾ ਬੁੱਧਵਾਰ 6 ਤਰੀਕ ਨੂੰ 6 ਤੋਂ ਕਾਊਂਟ ਕਰਨਾ ਹੈ 6 7 8 ਫਿਰ ਇੱਥੋਂ 11 12 13 14 18 19 20 21 22 23 25 26 27 28 29 30 ਫਿਰ ਅੱਗੇ 2 ਤੇ 3 ਤੇ 4 ਇਹ ਆਪਾਂ ਉਹ ਦਿਨਾਂ ਦੇ ਟਿਕਲਾਤੇ ਜਿਹੜੇ ਤੁਸੀਂ ਗਿਣਨੇ ਆ ਬਾਕੀ ਗੋਲ ਚੱਕਰ ਵਾਲੇ ਛੁੱਟੀਆਂ ਨੇ ਠੀਕ ਹੈ ਤੇ ਇਧਰ ਆ ਸੰਡੇ ਨੇ ਤੇ ਇਸ ਤਰ੍ਹਾਂ ਜਿਹੜੇ ਦਿਨ ਬੰਦੇ ਨੇ ਟੋਟਲ ਬੰਦੇ ਨੇ 22 ਦਿਨ ਤਾਂ 22 ਦਿਨ ਜਿਹੜਾ ਸਕੂਲ ਹੈ অপਸ਼ਨ ਨੰਬਰ ਜਿਹੜਾ 2 ਆ ਗਿਆ ਦੋਸਤੋ ਗਿਆ 22 ਨੰਬਰ ਕੁਸਚਨ ਉਹਦਾ ਅੱਜ ਸਵੇਰੇ ਮੀਂਹ ਪਹਿਲੇ ਦਿਖਾਈ ਘੜੀ ਅਨੁਸਾਰ ਸ਼ੁਰੂ ਹੋਇਆ ਮਤਲਬ 7 ਵਜੇ ਸ਼ੁਰੂ ਹੋ ਗਿਆ ਅਤੇ ਦੂਜੀ ਘੜੀ ਅਨੁਸਾਰ ਬੰਦ ਹੋ ਗਿਆ ਮਤਲਬ 2:00 ਸੂਈਆਂ 12 ਤੇ ਤਾਂ 12:00 ਵਜ ਗਏ 12:00 ਵਜੇ ਬੰਦ ਹੋ ਗਿਆ 7 ਤੋਂ 12 ਦਾ ਜਿਹੜਾ ਆਪਾਂ ਸਮਾਂ ਕੱਢੀਏ ਤਾਂ 5 ਘੰਟੇ ਜਿਹੜਾ ਲਗਾਤਾਰ ਵੀ ਪੈ ਚੁੱਕਿਆ ਆਪਸ਼ਨ ਨੰਬਰ 3 ਜਿਹੜਾ ਸਹੀ ਆਨਸਰ ਆ ਜਾਏਗਾ ਹੁਣ ਇਹਦਾ ਤਿਕੋਣ ਦੀ ਗਿਣਤੀ ਕਰੋ ਤੇ ਇਹਦੇ ਵਿੱਚ ਤਿਕੋਣਾਂ ਦੇਖਾਂਗੇ ਆਪਾਂ ਇੱਕ ਤਿਕੋਣ ਦੋ ਤਿੰਨ ਤੇ ਚਾਰ ਚਾਰ ਹੋ ਗਈਆਂ ਛੋਟੀਆਂ ਤਿਕੋਣਾਂ ਤੇ ਇੱਕ ਆਪਾਂ ਨੂੰ ਵੱਡੀ ਪੂਰੀ ਤਿਕੋਣ ਦਿਖ ਰਹੀ ਹੈ ਇਸ ਤਰ੍ਹਾਂ ਜਿਹੜੀਆਂ 5 ਤਿਕੋਣਾਂ ਇਹਦੇ ਵਿੱਚ ਹੈਗੀਆਂ ਨੇ ਆਪਸ਼ਨ ਨੰਬਰ 4 ਸਹੀ ਆਨਸਰ ਆਏਗਾ ਉਸ ਤੋਂ ਬਾਅਦ ਆਪਾਂ ਕਰਾਂਗੇ 24 ਨੰਬਰ ਅਨੀ ਨੇ ਆਪਣੀ ਬੁਗਣੀ ਖੋਲੀ ਤੇ ਉਸ ਵਿੱਚੋਂ 2 ਰੁਪਏ ਦੇ 5 ਸਿੱਕੇ ਤਾਂ ਇਹ ਤੁਸੀਂ ਇੱਕ ਚਾਹ ਬਣਾਈ ਚਲੋ 2 ਦੇ 5 ਸਿੱਕੇ ਮਤਲਬ 10 ਰੁਪਏ ਠੀਕ ਹੈ ਉਸ ਤੋਂ ਬਾਅਦ 5 ਰੁਪਏ ਦੇ ਦੋ ਸਿੱਕੇ 5 ਦੇ ਦੋ ਸਿੱਕੇ ਮਤਲਬ 10 ਰੁਪਏ ਉਸ ਤੋਂ ਬਾਅਦ 10 ਰੁਪਏ ਦਾ ਇੱਕ 10 1 ਮਤਲਬ 10 20 ਰੁਪਏ ਦਾ ਇੱਕ 20 ਰੁਪਏ 50 ਰੁਪਏ ਦਾ ਇੱਕ ਤਾਂ 50 ਰੁਪਏ ਸਾਰੇ ਕਾਊਂਟ ਕਰੋ 10 20 30 30 ਤੇ 20 50 50 ਤੇ 50 100 ਰੁਪਏ ਉਸ ਦੇ ਕੋਲ ਜਿਹੜੇ ਬਣ ਗਏ ਇਸ ਤਰ੍ਹਾਂ ਉਸ ਦੇ ਕੋਲ ਕੁੱਲ ਕਿੰਨੇ ਰੁਪਏ ਨੇ অপਸ਼ਨ ਨੰਬਰ 4 ਦੇ ਵਿੱਚ 100 ਰੁਪਏ ਬਿਲਕੁਲ ਰਾਈਟ ਆਨਸਰ ਹੈ। ਇਹਦੇ ਵਿੱਚ ਹੁਣ ਤੁਸੀਂ ਦੇਖੋ ਤਸਵੀਰ ਅਨੁਸਾਰ ਗਲਤ ਕਥਨ ਕਿਹੜਾ ਹੈ। ਪਹਿਲੇ ਤੁਸੀਂ ਇਹਨਾਂ ਨੂੰ ਬਣਾ ਲਓ پری ਕੋਲ ਕਿੰਨੇ ਰੁਪਏ ਹੈ 10 20 20 ਤੇ 2 40 ਦੇ 5 45 ਤੇ 2 47 ਠੀਕ ਹੈ ਤੇ ਇੱਧਰ ਕਿੰਨੇ ਗੁਰਫਤੇ ਕੋਲ ਕਿੰਨੇ ਪੈਸੇ ਹੈ 10 20 30 40 50 55 ਤੇ 2 52 ਦੇ 2 59 ਗੁਰਫਤੇ ਕੋਲ ਕਿੰਨੇ 59 ਰੁਪਏ ਹੁਣ ਆਪਾਂ ਪੜਾਂਗੇ ਇਹਨਾਂ ਦੀਆਂ অপਸ਼ਨਾਂ ਪਹਿਲੇ ਕੀ ਹੈ پری ਕੋਲ 47 ਰੁਪਏ ਸਹੀ ਹੈ ਆਪਾਂ ਗਲਤ ਕਥਨ ਲੱਭਣਾ ਹੈ ਗੁਰਫਤੇ ਕੋਲ ਕਿੰਨੇ 59 ਰੁਪਏ ਇਹ ਵੀ ਸਹੀ ਹੈ ਪਰੀ ਕੋਲ ਗੁਰਫਤੇ ਨਾਲੋਂ ਵੱਧ ਨਹੀਂ ਪਰੀ ਕੋਲ ਘੱਟ ਨਹੀਂ ਗਲਤ ਕਥਨ ਆਪਣਾ ਲੱਭ ਗਿਆ অপਸ਼ਨ ਨੰਬਰ 3 ਤੇ ਚੌਥਾ ਜਿਹੜਾ ਇਹਦਾ ਸਹੀ ਦਿੱਤਾ ਹੋਇਆ ਹੈ ਤਾਂ ਇਹਦਾ ਆਨਸਰ ਕੀ ਆ ਗਿਆ অপਸ਼ਨ ਨੰਬਰ 3 ਆ ਗਿਆ ਆ ਗਿਆ 26 ਨੰਬਰ ਕੁਐਸਚਨ ਇਹਦੇ ਵਿੱਚ ਤੁਸੀਂ ਦੇਖੋ ਉਹਦਾ ਚਿੜੀਆ ਘਰ ਦੇਖਣ ਗਿਆ ਚਿੜੀਆ ਘਰ ਵਿੱਚ ਬਖ ਬਖ ਸਵਾਰੀ ਕਰਨ ਲਈ ਟਿਕਟ ਦਾ ਮੁੱਲ ਦਿਖਾਇਆ ਹੋਇਆ ਹੈ ਚੇਤਨ ਪਹਿਲੀਆਂ ਦੋ ਸਵਾਰੀਆਂ ਕਰਨਾ ਚਾਹੁੰਦਾ ਮਤਲਬ ਊੜ ਦੀ ਸਵਾਰੀ ਕਰਨਾ ਚਾਹੁੰਦਾ ਤੇ ਹਾਥੀ ਦੀ ਸਵਾਰੀ ਕਰਨਾ ਚਾਹੁੰਦਾ ਪਹਿਲੀਆਂ ਦੋ ਸਵਾਰੀਆਂ ਇਸ ਲਈ ਚੇਤਨ ਨੂੰ ਕਿੰਨੇ ਰੁਪਏ ਚਾਹੀਦੇ ਹਨ ਊੜ ਦੀ ਸਵਾਰੀ ਲੱਗਣਗੇ 30 ਰੁਪਏ ਤੇ ਹਾਥੀ ਦੀ ਸਵਾਰੀ ਲੱਗਣਗੇ 20 ਰੁਪਏ ਤਾਂ ਦੋਨਾਂ ਦਾ ਜੋੜ ਕਰਕੇ ਉਸਦੇ ਕੋਲ ਕਿੰਨੇ ਰੁਪਏ ਹੋਣੇ ਚਾਹੀਦੇ ਨੇ 50 ਰੁਪਏ ਜਿਹੜੇ ਉਸਦੇ ਲੱਗਣਗੇ ਤਾਂ 50 ਰੁਪਏ ਕਿਹੜੀ ਆਪਸ਼ਨ ਹੈ ਆਪਸ਼ਨ ਨੰਬਰ 3 ਬਿਲਕੁਲ ਸਹੀ ਆਨਸਰ ਹੈ ਉਸ ਤੋਂ ਬਾਅਦ ਆ ਗਿਆ 27 ਨੰਬਰ ਕੁਐਸਚਨ ਇਹਦੇ ਵਿੱਚ ਤੁਸੀਂ ਦੇਖੋ ਦਰਵਾਜ਼ੇ ਦੀ ਲੰਬਾਈ ਮਾਪਣ ਲਈ ਮਿਸਤਰੀ ਕਿਸ ਦੀ 1 ਮੀਟਰ ਦੀ ਰੋਡ ਨਾਲ ਦਰਵਾਜ਼ਾ ਨਾਪਿਆ ਕਦੇ ਨਹੀਂ ਇਹਦੇ ਨਾਲ ਜਿਹੜਾ ਮਾਪਿਆ ਜਾਂਦਾ ਕਪੜਾ ਉਸ ਤੋਂ ਬਾਅਦ ਕੀ ਹੈ 2 ਨੰਬਰ ਕੀ ਹੈ ਇੰਚੀ ਟੇਪ ਇੰਚੀ ਟੇਪ ਨਾਲ ਜਿਹੜੀ ਕਪੜੇ ਦੀ ਜਾਂ ਬੰਦਿਆਂ ਦਾ ਨਾਪ ਲਿਆ ਜਾਂਦਾ ਜਿਹੜੇ ਸਟੀਚਿੰਗ ਕਰਦੇ ਐ ਟੇਲਰ ਉਸ ਤੋਂ ਬਾਅਦ ਆ ਜਾਂਦਾ ਫੀਤਾ ਫੀਤੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜਾ ਦਰਵਾਜ਼ੇ ਵਗੈਰਾ ਜਾਂ ਦੀਵਾਰਾਂ ਵਗੈਰਾ ਨਾਪਣ ਦੇ ਉਸ ਤੋਂ ਬਾਅਦ ਸਕੇਲ ਦੀ ਤੁਸੀਂ ਲਾਈਨਿੰਗ ਦੇ ਲਈ ਵਰਤੋ ਕਰਦੇ ਹੋ ਤਾਂ ਆਪਸ਼ਨ ਨੰਬਰ 3 ਜਿਹੜਾ ਬਿਲਕੁਲ ਸਹੀ ਆਏਗਾ ਉਸ ਤੋਂ ਬਾਅਦ ਆ ਗਿਆ 28 ਨੰਬਰ 28 ਨੰਬਰ ਦੇ ਵਿੱਚ ਤੁਸੀਂ ਦੇਖਣਾ ਹੈ ਚੀਜ਼ਾਂ ਦੇ ਕਿਹੜੀ ਸਬਜੀ ਦਾ ਭਾਰ ਸਭ ਤੋਂ ਵੱਧ ਹੈ ਦੇਖੇ ਤੁਸੀਂ ਦੇਖ ਰਹੇ ਹੋ ਪੇਠਾ ਹੈ ਭਾਰ ਹੈ ਕਿਹਦੇ ਨਾਲੋਂ ਕੀਏ ਨਾਲੋਂ ਤਾਂ ਇਧਰ ਕੀ ਬੈਂਗਨ ਦਾ ਭਾਰ ਕੀਏ ਦੇ ਭਾਰ ਨਾਲੋਂ ਘੱਟ ਹੈ ਤਾਂ ਮਤਲਬ ਇੱਥੇ ਬੈਂਗਨ ਦਾ ਭਾਰ ਇਹਦੇ ਨਾਲੋਂ ਵੀ ਘੱਟ ਹੈ ਤਾਂ ਬੈਂਗਨ ਤੋਂ ਫਿਰ ਕਾ ਭਾਰ ਸ਼ਿਮਲਾ ਵਿੱਚ ਦਾ ਘੱਟ ਹੈ ਤਾਂ ਆਲਰੇਡੀ ਸਭ ਤੋਂ ਜ਼ਿਆਦਾ ਭਾਰ ਜਿਹੜਾ ਪੇਠੇ ਦਾ ਦਿਖਾਇਆ ਜਾ ਰਿਹਾ ਹੈ ਤੇ ਆਪਸ਼ਨ ਨੰਬਰ ਜਿਹੜਾ 3 ਬਿਲਕੁਲ ਸਹੀ ਆਨਸਰ ਆ ਜਾਏਗਾ ਅੱਗੇ ਆ ਗਿਆ 29 ਨੰਬਰ ਜਿਹੜਾ ਕੀ ਹੈ ਸੀਰੀਜ਼ ਨੂੰ ਪੂਰਾ ਕਰਨਾ ਹੈ ਪਹਿਲੇ ਇੱਕ ਆਇਤ ਹੈ ਉਸ ਤੋਂ ਬਾਅਦ ਦੋ ਤਿਕੋਣਾਂ ਨੇ ਫਿਰ ਇੱਕ ਆਇਤਾ ਫਿਰ ਇੱਕ ਤਿਕੋਣਾ ਇਹਦਾ ਮਤਲਬ ਫਿਰ ਦੋ ਤਿਕੋਣਾਂ ਇੱਕ ਤਿਕੋਣ ਹੋਰ ਆਏਗੀ ਫਿਰ ਉਸ ਤੋਂ ਬਾਅਦ ਆਇਤਾ ਆਏਗੀ ਤਾਂ ਪਹਿਲੇ ਤਿਕੋਣ ਫਿਰ ਆਇਤਾ ਇਸ ਤਰ੍ਹਾਂ ਦੀ ਆਪਸ਼ਨ ਜਿਹੜੀ ਦਿਖ ਰਹੀ ਆਪਾਂ ਨੂੰ ਆਪਸ਼ਨ ਨੰਬਰ 4 ਬਿਲਕੁਲ ਸਹੀ ਆਨਸਰ ਆ ਜਾਏਗਾ ਅੱਗੇ ਆ ਗਿਆ 3 ਨੰਬਰ 3 ਨੰਬਰ ਕੁਸਚਨ ਦੇਖੋਗੇ ਕਿਹੜੇ ਫਲਾਂ ਨੂੰ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਬਰਾਬਰ ਹੈ ਤਾਂ ਬਰਾਬਰ ਤੁਸੀਂ ਕਾਊਂਟਿੰਗ ਕਰੋਗੇ ਪਹਿਲੇ ਦੇਖੋ ਸੇਬ ਨੂੰ ਪਸੰਦ ਕਰਨ ਵਾਲੇ 1 2 3 4 5 6 7 8 9 10 ਕਿੰਨੇ ਬੱਚੇ ਹੋ ਗਏ 10 ਉਸ ਤੋਂ ਬਾਅਦ ਆ ਗਿਆ ਅੰਗੂਰ ਪਸੰਦ ਇੱਕ ਦੋ ਤਿੰਨ ਚਾਰ ਪੰਜ ਛੇ ਇਹ ਕਿੰਨੇ ਹੋ ਗਏ 6 ਇਸ ਤਰ੍ਹਾਂ ਅਮਰੂਦ ਪਸੰਦ ਕਰਨ ਵਾਲੇ 1 2 3 4 5 6 7 8 9 10 11 12 ਇਹ ਕਿੰਨੇ ਬੱਚੇ ਹੈ 12 ਤਾਂ ਲਾਸਟ ਅਨਾਰ ਪਸੰਦ 1 2 3 4 5 6 ਤਾਂ ਬਰਾਬਰ ਕਿਹੜੇ-ਕਿਹੜੇ ਹੈ ਇੱਕ ਤਾਂ ਅੰਗੂਰ ਹੈ ਤੇ ਇੱਕ ਅਨਾਰ ਹੈ ਤਾਂ ਆਪਸ਼ਨ ਨੰਬਰ 4 ਦੇ ਵਿੱਚ ਦੇਖੋਗੇ ਅੰਗੂਰ ਤੇ ਅਨਾਰ ਆਨਸਰ ਆਰੇ ਇਥੇ ਹੋ ਜਾਂਦਾ ਮੈਥ ਖਤਮ ਅੱਗੇ ਸ਼ੁਰੂ ਹੋ ਜਾਂਦਾ ਵਰਲਡ ਅਰਾਊਂਡ ਅਸਕ ਜਿਹਨੂੰ ਆਪਾਂ ਈਵੀਐਸ ਵੀ ਕਹਿ ਦਿੰਨੇ ਹੁਣ ਆਪਾਂ ਕਰਾਂਗੇ ਈਵੀਐਸ ਤਾਂ ਇਹਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਸਾਨੂੰ ਪਾਲਕ ਖਾਣੀ ਚਾਹੀਦੀ ਹੈ ਇਹ ਸਾਡੇ ਖੂਨ ਨੂੰ ਸਾਫ਼ ਕਰਦੀ ਹੈ ਇਹ ਮਿੱਠੀ ਹੁੰਦੀ ਹੈ ਇਸ ਨੂੰ ਖਾਣਾ ਆਸਾਨ ਹੈ ਇਹ ਸਸਤੀ ਹੁੰਦੀ ਹੈ ਤੇ ਇਹ ਕੀ ਹੈ ਸਾਡੇ ਖੂਨ ਨੂੰ ਸਾਫ਼ ਕਰਦੀ ਹੈ ਦੂਸਰਾ ਤਾਕਤਵਰ ਸੇਤਮੰਦ ਰਹਿਣ ਲਈ ਰੋਟੀ ਕਿਸ ਨਾਲ ਖਾਣੀ ਚਾਹੀਦੀ ਹੈ ਤਾਂ ਸਬਜੀ ਜਾਂ ਦਾਲ ਨਾਲ ਖਾਣੀ ਚਾਹੀਦੀ ਹੈ ਉਸ ਤੋਂ ਬਾਅਦ ਕਿਹੜੀ ਬੱਤੀ ਸਾਨੂੰ ਚੱਲਣ ਦਾ ਇਸ਼ਾਰਾ ਕਰਦੀ ਹੈ ਤਾਂ ਆਪਾਂ ਤਿੰਨ ਬੱਤੀਆਂ ਦੇਖਦੇ ਹਾਂ ਜਿੰਦੇ ਚੋਂ ਹਰੀ ਬੱਤੀ ਸਾਨੂੰ ਚੱਲਣ ਦਾ ਇਸ਼ਾਰਾ ਕਰਦੀ ਹੈ ਉਸ ਤੋਂ ਬਾਅਦ ਦਿੱਤੇ ਗਏ ਟ੍ਰਾਫਿਕ ਚਿੰਨ੍ਹਾਂ ਨੂੰ ਦੇਖੋ ਦੱਸੋ ਕਿਹੜਾ ਇਹਨਾਂ ਵਿੱਚ ਸ਼ਾਮਿਲ ਨਹੀਂ ਹੈ ਆਹ ਕੀ ਹੁੰਦਾ ਹੈ ਨਾਟ ਪਾਰਕਿੰਗ ਦਾ ਇਹ ਖੱਬੇ ਮੋੜੋ ਇਹ ਸੱਜੇ ਮੋੜੋ ਤੇ ਇਹ ਯੂ ਟਰਨ ਤੇ ਇਹਦੇ ਵਿੱਚ ਸਾਰੀ ਚੀਜ਼ ਤੇ ਜੈਬਰਾ ਕ੍ਰੋਸਿੰਗ ਬਾਰੇ ਨਹੀਂ ਦੱਸਿਆ ਗਿਆ ਆਪਸ਼ਨ ਨੰਬਰ 4 ਜਿਹੜਾ ਸਹੀ ਆਨਸਰ ਹੈ ਉਸ ਤੋਂ ਬਾਅਦ ਆ ਗਿਆ 35 ਨੰਬਰ ਦਿੱਤੇ ਗਏ ਵੱਖਰੇ ਦੀ ਚੋਣ ਕਰੋ ਤੇ ਇਹਨਾਂ ਚ ਵੱਖਰਾ ਕਿਹੜਾ ਮੋਰ ਵੀ ਪੰਛੀ ਹੈ ਤੋਤਾ ਵੀ ਪੰਛੀ ਹੈ ਬੁਲਬੁਲ ਵੀ ਇੱਕ ਪੰਛੀ ਹੈ ਤੇ ਆਪਸ਼ਨ ਨੰਬਰ 3 ਮਧੂਮੱਖੀ ਜਿਹੜਾ ਇੱਕ ਅਲੱਗ ਹੈ ਉਸ ਤੋਂ ਬਾਅਦ 36 ਨੰਬਰ ਕੁਐਸਚਨ ਦੇਖੋ ਕੇਲੇ ਅਤੇ ਸੰਤਰੇ ਦੀ ਸਮਾਨਤਾ ਦੋਵੇਂ ਸਬਜ਼ੀਆਂ ਹਨ ਨਹੀਂ ਦੋਵੇਂ ਛਿਲਕੇ ਖਾਧਾ ਜਾਂਦਾ ਹੈ ਸਹੀ ਹੈ ਉਹਦਾ ਦੋਵੇਂ ਮਿੱਠੇ ਹੁੰਦੇ ਹਨ ਨਹੀਂ ਕਿਉਂਕਿ ਸੰਤਰਾ ਖੱਟਾ ਵੀ ਨਿਕਲਦਾ ਪਰਕ ਸਕਦਾ ਹੈ ਆਪਸ਼ਨ ਨੰਬਰ ਜਿਹੜਾ ਇਹਦੇ ਵਿੱਚ ਦੋ ਸਹੀ ਹੈ ਉਸ ਤੋਂ ਅੱਗੇ ਚੱਲਾਂਗੇ ਆਪਾਂ ਫ੍ਰਿਜ ਵਾਲੇ ਫ੍ਰਿਜ ਵਿੱਚੋਂ ਬਾਹਰ ਬਰਫ਼ ਬਾਰ ਕੱਢਣ ਤੇ ਕੀ ਹੋਵੇਗਾ ਇਹ ਪਿਗਲ ਜਾਵੇਗੀ ਇਹ ਭਾਪ ਬਣ ਕੇ ਉੱਡ ਜਾਵੇਗੀ ਇਸ ਵਿੱਚ ਕੋਈ ਤਬਦੀਲੀ ਨਹੀਂ ਆਵੇਗੀ ਇਹ ਸਖਤ ਹੋ ਜਾਵੇਗੀ ਤਾਂ ਆਪਾਂ ਨੂੰ ਪਤਾ ਜੇ ਆਪਾਂ ਫ੍ਰਿਜ ਨੂੰ ਬਲਬ ਚੋਂ ਬਾਹਰ ਕੱਢਾਵਾਂਗੇ ਤੇ ਇਹ ਪਿਗਲ ਜਾਵੇਗੀ ਆਪਸ਼ਨ ਨੰਬਰ 1 ਉਸ ਬਾਅਦ ਆ ਗਿਆ 38 ਨੰਬਰ ਉਹਦਾ ਰੀਤ ਆਪਣੀ ਮੰਮੀ ਨਾਲ ਬਾਜ਼ਾਰ ਗਈ ਉੱਥੇ ਉਸਨੇ ਫਲਾਂ ਦੀ ਦੁਕਾਨ ਤੋਂ ਫਲ ਛਿੱਲ ਕੇ ਖਾਦਾ ਜਿਸ ਦਾ ਰੰਗ ਪੀਲਾ ਸੀ ਤੇ ਖਾਣ ਵਿੱਚ ਮਿੱਠਾ ਸੀ ਬੁੱਝੋ ਕਿਹੜਾ ਫਲ ਹੈ ਹੁਣ ਫਿਰਿਆ ਪੀਲੇ ਰੰਗ ਦਾ ਫਲ ਹੋਵੇ ਉਹਨੂੰ ਆਪਾਂ ਛਿੱਲ ਕੇ ਖਾਈਏ ਹੋਵੇ ਵੀ ਮਿੱਠਾ ਤੇ ਕੋ ਕਿਹੜਾ ਹੋ ਸਕਦਾ ਹੈ ਇਹਨਾਂ ਵਿੱਚੋਂ ਸੇਬ ਲਾਲ ਰੰਗ ਦਾ ਅਨਾਰ ਵੀ ਲਾ ਰਿਹਾ ਰੀਤੀ ਵੀ ਲਾ ਰਹਾ ਤੇ ਕੇਲਾ ਫਲ ਜਿਹੜਾ ਹੈਗਾ ਜਿਹੜਾ ਰੀਤ ਨੇ ਖਾਦਾ ਉਸ ਤੋਂ ਬਾਅਦ ਲਾਲ ਰੰਗ ਵਿੱਚ ਹਰਾ ਰੰਗ ਮਿਲਾਉਣ ਤੇ ਕਿਹੜਾ ਰੰਗ ਬਣੇਗਾ ਤਾਂ ਲਾਲ ਰੰਗ ਦੇ ਵਿੱਚ ਜਦੋਂ ਆਪਾਂ ਹਰਾ ਰੰਗ ਮਿਲਾਵਾਂਗੇ ਤਾਂ ਉਹ ਰੰਗ ਇਹ ਕੁਸਚਨ ਤੇ ਥੋੜਾ ਡਾਊਟਫੁਲ ਹੈ ਜਾਂ ਤਾਂ ਪੀਲਾ ਬਣੇਗਾ ਜਾਂ ਗੁਲਾਬੀ ਬਣੇਗਾ ਇਹਨਾਂ ਦੋਨਾਂ ਚੋਂ ਜਿਹੜਾ ਥੋੜਾ ਡਾਊਟਫੁਲ ਹੈ ਕਲੀਅਰ ਕਰ ਲੈਣਾ ਉਸ ਤੋਂ ਬਾਅਦ ਹੇਠ ਦਿੱਤੇ ਨਮੂਨੇ ਨੂੰ ਪੂਰਾ ਕਰੋ ਤਾਂ ਮੁੰਨੇ ਨੂੰ ਪੂਰਾ ਕਰਨਾ ਪਹਿਲੀ 2 ਤਕੁਣਾ ਫਿਰ 3 ਹੈ ਫਿਰ 4 ਹੈ ਤਾਂ ਅੱਗੇ ਜਿਹੜੀਆਂ ਆਣਗੀਆਂ 5 ਤਕੁਣਾ ਕਿਉਂਕਿ ਸੀਰੀਜ਼ ਚੱਲ ਰਹੀ ਹੈ ਆਪਸ਼ਨ ਨੰਬਰ 1 ਬਿਲਕੁਲ ਸਹੀ ਆਨਸਰ ਆਏਗਾ ਉਸ ਤੋਂ ਬਾਅਦ ਆ ਗਿਆ ਹੀਟ ਹੈ ਹੀਟਾ ਕੁਝ ਪੈਨਸਲਾਂ ਦਿੱਤੀਆਂ ਗਈਆਂ ਇਹਨਾਂ ਵਿੱਚੋਂ ਕਿਹੜੀ ਪੈਨਸਲ ਸਭ ਤੋਂ ਲੰਬੀ ਹੈ ਤੇ ਸਭ ਤੋਂ ਲੰਬੀ ਪੈਨਸਲ ਤੁਸੀਂ ਦੇਖ ਹੀ ਰਹੇ ਹੋ ਜਿਹੜੀ ਆਪਾਂ ਨੂੰ ਦਿਖ ਰਹੀ ਹੈ ਆਪਸ਼ਨ ਨੰਬਰ 4 ਦੇ ਵਿੱਚ 42 ਨੰਬਰ ਕੁਐਸਚਨ ਦੇਖੋ ਚਿੱਤਰ ਵਿੱਚ ਦਿਖਾਈਆਂ ਵਸਤਾਂ ਸੰਬੰਧੀ ਕਿਸ ਮੌਸਮ ਨਾਲ ਹਨ ਦੇਖੋ ਜੇ ਜੂਸ ਪੀਣਾ ਹੈ ਆਈਸਕ੍ਰੀਮ ਖਾਣੀ ਹੈ ਆ ਜਾ ਤਰਬੂਜ ਖਾਰੇ ਤੇ ਸਾਰਿਆਂ ਦੇ ਸਾਰਿਆਂ ਕਦੋਂ ਖਾਓਗੇ ਤੁਸੀਂ ਗਰਮੀ ਦੇ ਮੌਸਮ ਦੇ ਵਿੱਚ ਖਾਓਗੇ ਉਹਦਾ ਰਾਤ ਸਮੇਂ ਰਵੀ ਨੇ ਆਕਾਸ਼ ਵਿੱਚ ਬਹੁਤ ਸਾਰੇ ਡੈਸ਼ ਦੇਖੇ ਤਾਂ ਰਾਤ ਸਮੇਂ ਰਾਤ ਕੀ ਦਿਖਾਈ ਦਿੰਦੇ ਹੈ ਤਾਰੇ ਇਹਨਾਂ ਵਿੱਚੋਂ ਵੱਖਰਾ ਲੱਭਣਾ ਤਾਂ ਦੇਖੋ ਵੱਖਰਾ ਕੀ ਹੈ ਇਹ ਵੀ ਟਾਈਮ ਦੱਸ ਰਹੀ ਹੈ ਕੜੀ ਇਹ ਵੀ ਟਾਈਮ ਦੱਸ ਰਹੀ ਹੈ ਤੇ ਇਹ ਵੀ ਟਾਈਮ ਦੱਸ ਰਹੀ ਹੈ ਤਾਂ ਕੈਲੰਡਰ ਦੇ ਵਿੱਚ ਆਪਾਂ ਡੇਟ ਦੇਖਦੇ ਹਾਂ ਤਾਂ ਇੱਥੇ ਦਾ ਟਾਈਮ ਦਾ ਕੋਈ ਸੋਰਸ ਨਹੀਂ ਹੈ ਤਾਂ ਇਸ ਕਰਕੇ ਜਿਹੜਾ ਵੱਖਰਾ ਕੀ ਹੈ অপਸ਼ਨ ਨੰਬਰ 1 ਅਗਿਆਗਾ 45 ਨੰਬਰ ਕੁਐਸਚਨ ਉਹਦਾ ਪ੍ਰੋਕਤ ਚਿੱਤਰ ਵਿੱਚ ਦਿਖਾਈ ਗਈ ਵਸਤੂ ਦੀ ਵਰਤੋਂ ਕਿਸ ਖੇਡ ਵਿੱਚ ਕੀਤੀ ਜਾਂਦੀ ਹੈ ਤਾਂ ਇਹ ਸਾਰੀਆਂ ਜਿਹੜੀਆਂ ਕੈਰਮ ਬੋਰਡ ਦੀਆਂ ਗੀਟੀਆਂ ਆਪਾਂ ਕਹਿ ਦਿੰਨੇ ਆ ਇਹਨੂੰ ਇਹ ਕੀ ਹੈ ਕੈਰਮ ਬੋਰਡ ਦੇ ਨਾਲ ਸੰਬੰਧਿਤ ਹੈ অপਸ਼ਨ ਨੰਬਰ 1 ਤਾਂ ਇੱਥੇ ਜਿਹੜਾ ਪੂਰਾ ਦਾ ਪੂਰਾ ਪੇਪਰ ਸੈਂਪਲ ਪੇਪਰ ਖਤਮ ਹੋ ਜਾਦਾ ਇਹਦੇ ਵਿੱਚੋਂ ਕਾਫੀ ਪੇਪਰ ਤੁਹਾਨੂੰ ਕੱਲ ਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਇੱਕ ਸੈਂਪਲ ਪੇਪਰ ਸੀ 13 ਨੰਬਰ ਵਰਕਸ਼ੀਟ ਸੀ ਇੱਕ ਤੁਹਾਡੀ ਰਿਵੀਜ਼ਨ ਹੋ ਗਈ ਇੱਕ ਵਾਰ ਇਸ ਨੂੰ ਦੁਬਾਰਾ ਜ਼ਰੂਰ ਟੈਲੀ ਕਰ ਲਿਓ ਕਾਫੀ ਕੁਐਸਚਨ ਜਿਹੜੇ ਤੁਹਾਡੇ ਕੱਲ ਨੂੰ ਸਹੀ ਹੋਣਗੇ ਇਹਨੀਆਂ ਗੱਲਾਂ ਦੇ ਨਾਲ ਧੰਨਵਾਦ ਸਾਰੇ ਬੱਚਿਆਂ ਤੱਕ ਵਿਆਪਕ ਸਾਥੀ ਵੀ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਬੱਚੇ ਕੱਲ ਨੂੰ ਪੇਪਰ ਦੀ ਤਿਆਰੀ ਕਰਕੇ ਆਣ ਥੈਂਕ ਯੂ